सत श्री अकाल, अस्सलाम वालेकुम ते प्रणाम साहब नू जी। अज मैं असा जी पिंड नबीपुर बिल्कुल नेड़े शहर दे गुरदासपुर दे और जिला इसका गुरदासपुर इतने पता लगा सी कि पुरानी मस्जिद नू रेनोवेट किया गया है। ऐ वेखो जी, पुरानी मस्जिद 1947 तो पहला दी, तो ये है पिंड। तो बिल्कुल पिंड दे चढ़दे ये मस्जिद बनी हुई है और गेट वेखो तुसी किन्ने शानदार गेट स्टील दे बने हुए, बहुत मजबूत। तो ये है जी वो पुरानी मस्जिद पिंड नबीपुर दी, जिसनू के सिख ते हिंदू भाईचारे दे सहयोग नाल मुसलमान भाईचारे ने रेनोवेट किया, इस मुड़ आबाद किया, बहुत ही खूबसूरत बनाया, बहुत ही ज़्यादा खूबसूरत। यह है वो पुरानी मस्जिद, आओ करते हैं इसके दर्शन। आ देखो जी किन्ने सुंदर मीनार ते गुंबद, तीन गुंबद हैं दिखाई दे रहे। अगे बरांडा बहुत ही खूबसूरत। तो मुसलमान भाईचारा शायद नमाज हो के हटी है तो जुड़े आया है मुसलमान भाईचारा। अंदरों करदे ते दर्शन। ये मुख मेहराब जी बहुत ही खूबसूरत। तुसी कर रहे हो पुरानी मस्जिद पिंड नबीपुर जिला गुरदासपुर के दर्शन। ऐ देखो जी बने हुए वही पुराने आले और उन्होंने ही बहुत रंग रोगन नाल रेनोवेट बहुत खूबसूरत तरीके ने किया है, जिमें बिल्कुल नवी तैयार की गई है, लेकिन मस्जिद ये पुरानी है। इधर भी नजर आ रहे हैं पुराने आले, ये मेहराब। अजान दा समा सूची, समा सारणी, रोज दी नमाज दी। छत भी बिल्कुल अजे तक मजबूत और खूबसूरत बनाई हुई है और ये पुरानी खिड़की और द्वार काफी मोटी है, चौड़ी द्वार। ये छत थली नजर आ गया लिखा हुआ कि उमर मस्जिद पिंड नबीपुर। मस्जिद का नाम है उमर मस्जिद।
ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਮੁਹੰਮਦ ਰੋਸ਼ਨ ਹੈ ਜੀ। ਮੁਹੰਮਦ ਰੋਸ਼ਨ ਜੀ, ਤੁਸੀਂ ਮੌਲਵੀ ਇਸ ਮਸਜਿਦ ਦੇ? ਨਹੀਂ, ਸਾਡੇ ਇਮਾਮ ਸਾਹਿਬ ਨੇ। ਹਾਂਜੀ, ਦੱਦੀਆਂ ਨਮਾਜ਼ ਪੜ੍ਹਦੇ ਇਹ ਇਮਾਮ ਸਾਹਿਬ ਨੇ। ਹਾਂਜੀ, ਤੁਹਾਡਾ ਨਾਂ ਕੀ ਹੈ ਜੀ ਇਮਾਮ ਸਾਹਿਬ? ਬਸ਼ੀਰ ਅਹਿਮਦ। ਬਸ਼ੀਰ ਅਹਿਮਦ ਜੀ, ਬਸ਼ੀਰ ਅਹਿਮਦ। ਠੀਕ ਹੈ। ਇਹ 1947 ਤੋਂ ਪਹਿਲਾਂ ਇਹ ਪਿੰਡ ਸਾਰਾ ਸੀ ਮੁਸਲਮਾਨਾਂ ਦਾ। ਹਾਂਜੀ। ਅਤੇ ਇਹ ਕਦੋਂ ਇਹ ਮਸਜਿਦ ਜਿਹੜੀ ਹੈ ਤੁਸੀਂ ਆਬਾਦ ਕੀਤੀ? ਇਹ ਸਰ 7/5/1998 ਨੂੰ ਆਬਾਦ ਹੋਈ ਸੀ, ਅਤੇ ਉਸ ਤੋਂ ਬਾਅਦ ਇਹ ਗੈਰ ਆਬਾਦ ਸੀ, ਕੱਚੀ ਸੀ। ਦੁਬਾਰਾ ਤੋਂ ਸਾਡੇ ਸਾਥੀਆਂ ਨੇ ਮਿਹਨਤ ਕੀਤੀ ਅਤੇ ਦੁਬਾਰਾ ਇੱਥੇ ਪਲਸਤਰ ਵਗੈਰਾ ਕੀਤਾ, ਪੱਥਰ ਲਗਵਾ, ਰੈਨੋਵੇਟ ਕਰਾਈ, ਪੱਥਰ ਲਗਵਾ ਕੇ। ਅੱਛਾ। ਦੁਬਾਰਾ ਤੋਂ ਨਮਾਜ਼ ਸ਼ੁਰੂ ਕੀਤੀ, ਹੁਣ ਇੱਥੇ ਕਮ ਸੇ ਕਮ 30 ਸਾਲ ਤੋਂ ਨਮਾਜ਼ ਹੋ ਰਹੀ ਹੈ। ਵਾਹ ਜੀ ਵਾਹ। ਔਰ ਮੈਂ ਤਾਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹਨਾਂ ਲੋਕਾਂ ਦੇ ਖਾਨਦਾਨਾਂ ਨੇ ਬਣਾਈ ਸੀ, ਮੁਬਾਰਕ ਹੋਏ ਉਹਨਾਂ ਨੂੰ। ਵਾਹ ਜੀ ਵਾਹ ਜੀ। ਆ ਕੇ ਨਾ ਉਹਨਾਂ ਦੀ ਰੂਹਾਂ ਜਿਹੜੀਆਂ ਨਾ, ਇੱਦਾਂ ਲੱਗਦਾ ਕਿ ਇਸ ਮਸਜਿਦ ਦੇ ਵਿੱਚ ਨੇ। ਬਿਲਕੁਲ ਹੈ ਨੇ ਜੀ। ਔਰ ਫਿਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਸਿੱਖ ਅਤੇ ਮੁਸਲਿਮ ਸਾਂਝ ਜਿਹੜੀ ਹੈ, ਹਾਂਜੀ, ਉਹ ਇਸ ਗੱਲ ਦਾ ਇਹ ਸਬੂਤ ਹੈ ਕਿ ਇਹ ਮਸਜਿਦ ਅੱਜ ਇੱਥੇ ਹੈਗੀ ਹੈ, ਖੜੀ ਹੈ। ਬਹੁਤ ਸਾਰੀਆਂ ਮਸਜਿਦਾਂ ਨੇ ਜਿਹੜੀਆਂ ਤੋੜ ਦੀਆਂ ਗਈਆਂ, ਅਤੇ ਇਹ ਬਾਬੇ ਨਾਨਕ ਦਾ, ਬਾਬਾ ਫਰੀਦ ਦੀ ਜਿਹੜੀ ਸਾਂਝ ਸੀ ਅੱਜ ਤੱਕ ਚਲੀ ਆ ਰਹੀ ਹੈ, ਉਹਦਾ ਸਬੂਤ ਇਹੀ ਮਿਲਦਾ ਕਿ ਹਾਂਜੀ, ਮੀਆਂ ਮੀਰ, ਭਾਈ ਲਾਲੋ ਜੀ, ਹਾਂਜੀ ਲਾਲੋ ਜੀ, ਮੀਆਂ ਮੀਰ, ਗੁਰੂ ਅਰਜਨ ਦੇਵ ਜੀ, ਨਸਾਨ ਪਿੰਡ ਸਾਡਾ, ਸਾਡੇ ਇਮਾਮ ਸਾਹਿਬ ਦਾ ਸਾਥ ਦਿੰਦਾ। ਹਾਂਜੀ। ਅਤੇ ਰਾਤ ਦਿਨ ਇੱਥੇ ਰਹਿੰਦੇ ਨੇ, 5 ਟਾਈਮ ਨਮਾਜ਼ ਪੜ੍ਹਾਉਂਦੇ ਨੇ, ਅੱਲਾ ਨੇ ਇਹਨਾਂ ਨੂੰ ਮੌਕਾ ਦਿੱਤਾ ਜੀ। ਕਦੀ ਕੋਈ ਦਖਲ ਨਹੀਂ ਦਿੱਤਾ ਤੁਹਾਡੀ ਨਮਾਜ਼ਾਂ 'ਚ? ਕਿੰਨੇ ਟਾਈਮ ਅਜ਼ਾਨ ਹੁੰਦੀ ਇੱਥੇ? 5 ਟਾਈਮ 5 ਟਾਈਮ ਅਜ਼ਾਨ ਹੁੰਦੀ ਜੀ। ਅੱਛਾ ਜੀ। ਜਦੋਂ ਪੁਰਬ ਹੁੰਦਾ ਈਦਾ, ਤੇ ਈਦ ਵੀ ਮਨਾਈ ਜਾਂਦੀ? ਈਦ ਵੀ ਮਨਾਈ ਜਾਂਦੀ ਹੈ, ਦੋਨੋਂ ਈਦਾਂ ਮਨਾਈ ਜਾਂਦੀਆਂ ਨੇ। ਹੋਰ ਸਾਡੇ ਤਬਲੀਗੀ ਜਮਾਤ ਹੈ ਤੇ ਜੋੜ ਵਗੈਰਾ ਵੀ ਹੁੰਦਾ ਹੈ। ਅੱਛਾ। ਜਿੱਦਾਂ ਤਬਲੀਗੀ ਜਮਾਤ ਆਉਂਦੀ ਹੈ, ਹਾਂਜੀ, ਪਿੰਡਾਂ ਦੇ ਵਿੱਚ, ਦਿਹਾਂਤਾਂ ਦੇ ਵਿੱਚ ਮੁਸਲਮਾਨ ਨੇ, ਉਹਨਾਂ ਦੇ ਉੱਪਰ ਮਿਹਨਤ ਕਰਨ ਨੂੰ ਆਉਂਦੀਆਂ ਨੇ, ਦਿੱਲੀ ਮਰਕਜ਼ ਨਿਜ਼ਾਮਉਦੀਨ ਤੋਂ। ਅੱਛਾ ਜੀ। ਔਰ ਫਿਰ ਉਹ ਆ ਕੇ ਇੱਥੇ ਕਿਆਮ ਕਰਦੀਆਂ ਨੇ, ਇੱਥੇ ਦਿਹਾਂਤ ਦੇ ਵਿੱਚ ਕੰਮ ਕਰਦੇ ਨੇ, ਔਰ ਸਾਰੇ ਲੋਕ ਇਕੱਠੇ ਹੋ ਕੇ ਇੱਥੇ ਖਾਣਾ ਵੀ ਬਣਾਉਂਦੇ ਨੇ, ਇੱਕ ਦੂਜੇ ਨੂੰ ਗਲੇ ਮਿਲਦੇ ਨੇ, ਬੜੀ ਮੁਹੱਬਤ ਕਰ ਰਹੇ। ਔਰ ਮੈਂ ਉਹਨਾਂ ਨੂੰ ਫਿਰ ਦੁਬਾਰਾ ਤੋਂ ਮੁਬਾਰਕਬਾਦ ਦੇਣਾ ਚਾਹਾਂ ਕਿ ਉਹਨਾਂ ਨੇ ਇਸ ਮਸਜਿਦ ਤੋਂ ਜਿਹੜਾ ਕੰਮ ਆਇਆ, ਜਿਹਨਾਂ ਨੇ ਬਣਾਈ ਸੀ ਉਹ ਕੰਮ ਆ ਰਹੀ ਹੈ ਤੁਹਾਡੇ। ਹਾਂਜੀ, ਠੀਕ ਹੈ। ਕਿੰਨਾ ਕੁ ਮੁਸਲਮਾਨ ਭਾਈਚਾਰੇ ਨੇ ਆਲੇ ਦੁਆਲੇ ਇੱਥੇ? ਤਕਰੀਬਨ ਕਾਫੀ ਮੁਸਲਮਾਨ ਭਾਈਚਾਰਾ ਜੀ ਇੱਥੇ। ਅੱਛਾ ਜੀ। ਕਾਦੀਆਨ ਦੇ ਏਰੀਏ ਦੇ ਵਿੱਚ ਕਾਫੀ ਮੁਸਲਮਾਨ 47 ਦੇ ਰਹਿ ਚੁੱਕੇ ਨੇ। ਹਾਂਜੀ। ਵਿੱਚ ਵਿੱਚ ਪਿੰਡਾਂ 'ਚ ਉੱਥੇ ਮਸਜਿਦਾਂ ਹੁਣ ਕਾਇਮ ਹੋਈਆਂ ਨੇ, ਔਰ ਕਈ ਪਿੰਡਾਂ ਦੇ ਵਿੱਚ ਹੁਣ ਹੋ ਰਹੀਆਂ ਨੇ, ਹੋ ਰਹੀਆਂ ਨੇ। ਉਹ ਪਹਿਲੇ ਤਾਂ ਇਹ ਸੀ ਕਿ ਪਸ਼ੂ ਚਰਾਉਣ ਵਾਲੇ ਗੁੱਜਰ ਸੀ, ਉਹਨਾਂ ਨੂੰ ਇਸ ਪਾਸੇ ਧਿਆਨ ਨਹੀਂ ਸੀ। ਹੁਣ ਜਿਹੜਾ ਉਹਨਾਂ ਨੂੰ ਜਾਗਰੂਕਤਾ ਆ ਰਹੀ ਹੈ, ਸੁਝਾਅ ਆ ਰਿਹਾ ਕਿ ਨਹੀਂ ਸਾਡੇ ਜਿਹੜੇ ਰੱਬ ਦੇ ਘਰ ਸਾਨੂੰ ਉਡੀਕ ਰਹੇ ਨੇ, ਹਾਂਜੀ, ਸਿੱਖ ਭਾਈ ਖੁਦ ਨਾਲ ਲੈ ਕੇ ਆਪਣੀਆਂ ਮਸਜਿਦਾਂ ਨੂੰ ਦੇ ਰਹੇ ਨੇ ਕਿ ਬਾਈ ਇਹ ਤੁਹਾਡਾ, ਤੁਹਾਡੀ ਇਮਾਨਤ, ਇਹਨੂੰ ਸਾਂਭੋ। ਹਾਂ, ਇੱਥੇ ਲਾਗੇ ਸਾਡੇ ਸੀਰੇ ਅਰਗਿੰਦਪੁਰ ਨਾਂ ਆ, ਹਾਂਜੀ, ਉੱਥੇ ਮਸਜਿਦ ਹੈ ਬਹੁਤ ਵੱਡੀ, ਅਤੇ ਉੱਥੋਂ ਦੇ ਸਿੱਖ ਭਾਈਆਂ ਨੇ ਸਾਨੂੰ ਆ ਕੇ ਖੁਦ ਬੋਲਿਆ ਕਿ ਤੁਸੀਂ ਇਸ ਮਸਜਿਦ ਨੂੰ ਆਬਾਦ ਕਰੋ, ਗੁਰੂ ਕੀ ਮਸੀਤ। ਹਾਂ, ਗੁਰੂ ਕੀ ਮਸੀਤ। ਸਾਡੇ ਸਾਥੀ ਉੱਥੇ ਜਾ ਕੇ ਦੋਰਕਾਰ ਨਵਾਜ਼ ਨਫਲ ਪੜ੍ਹ ਕੇ ਆਏ। ਵਾਹ ਜੀ ਵਾਹ। ਚੱਲ, ਕਿਹੜੀ ਸਨ ਆਏ ਤੁਸੀਂ ਇਸ ਇਲਾਕੇ 'ਚ? ਕਿੱਥੋਂ ਆਏ ਪਿਛੋਕੜ ਤੁਹਾਡਾ ਕਿੱਥੋਂ ਦਾ? ਅਸੀਂ ਚੰਬੇ ਦੇ ਹਾਂ ਜੀ। ਹਿਮਾਚਲ ਦੇ? ਹੋ ਹਿਮਾਚਲ ਦੇ। ਉਹ ਸਾਡੇ ਇਮਾਮ ਸਾਹਿਬ ਜਿਹੜੇ ਨੇ, ਤੁਸੀਂ ਜੰਮੂ ਕਸ਼ਮੀਰ ਦੇ? ਅੱਛਾ ਜੀ। ਅਤੇ ਦਾਦਾ ਜੀ 1962 ਦੇ ਵਿੱਚ ਆਏ ਸੀ ਬੱਬੇ ਹਾਲੀ, ਬੱਬੇ ਹਾਲੀ ਗੁਰਦਾਸਪੁਰ ਜ਼ਿਲ੍ਹੇ। ਅੱਛਾ ਜੀ। ਫਿਰ ਉਸ ਤੋਂ ਬਾਅਦ ਅਸੀਂ ਗਰਮੀਆਂ ਦੇ ਵਿੱਚ ਚਲੇ ਜਾਂਦੇ ਰਹੇ ਪਹਾੜਾਂ ਦੇ ਵਿੱਚ, ਹਾਂਜੀ, ਸਰਦੀਆਂ ਦੇ ਵਿੱਚ ਵਾਪਸ ਆਉਂਦੇ ਰਹੇ, ਲੇਕਿਨ ਕੁਛ ਸਾਲਾਂ ਤੋਂ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਰ, ਅਤੇ ਮੈਂ ਵੀ ਪੜ੍ਹਾਈ ਡਿਸਟਰਬ ਹੁੰਦੀ ਸੀ। ਹਾਂ, ਔਰ ਮੈਂ ਵੀ ਇੱਕ ਤੁਹਾਡੇ ਵੀਡੀਓ ਰਾਹੀਂ ਸੰਦੇਸ਼ ਦੇਣਾ ਚਾਹਾਂ ਕਿ ਸਾਡੇ ਬੱਚੇ ਜਿਹੜੇ ਉਹ ਪੜ੍ਹਾਈ ਤੋਂ ਬੜੇ ਪਿੱਛੇ ਨੇ, ਉਹ ਚਾਹੇ ਦੀਨੀ ਤਾਲੀਮ ਹੋਵੇ ਜਾਂ ਦੁਨਿਆਵੀ ਹੋਵੇ, ਤਾਲੀਮ ਤੋਂ ਬਿਨਾਂ ਕੁਛ ਨਹੀਂ ਹੈ ਜੀ। ਬਿਲਕੁਲ ਜੀ। ਹਾਂ, ਕੁਰਾਨ 'ਚ ਵੀ ਸਭ ਤੋਂ ਪਹਿਲਾਂ ਇੱਕ ਰੱਬਿ ਸਮੀ ਰੱਬੀ ਇਕੱਲਾ ਦੀ ਖਲਕ, ਤੂੰ ਪੜ੍ਹੋ। ਹਾਂਜੀ। ਹੁਣ ਪੱਕੇ ਵਸਨੀਕ ਬਣ ਗਏ ਇੱਥੇ ਦੇ, ਗੁਰਦਾਸਪੁਰ ਦੇ? ਹੁਣ ਨਹੀਂ ਗਏ ਕਦੀ? ਨਹੀਂ ਜੀ, ਹੁਣ ਨਹੀਂ। ਅੱਛਾ। ਕਿੰਨੇ ਕੁ ਨਮਾਜ਼ 'ਚ ਕਿੰਨੀ ਕੁ ਸੰਗਤ ਆ ਜਾਂਦੀ ਹੈ? ਨਮਾਜ਼ 'ਚ ਕਾਫੀ ਸੰਗਤ ਆ ਜਾਂਦੀ ਜੀ, ਕੁਛ ਵਪਾਰੀ ਲੋਕ ਨੇ ਯੂਪੀ ਦੇ, ਹਾਂਜੀ, ਔਰ ਕੁਝ ਲੋਕ ਇੱਥੇ ਰਿਆਸੀ ਨੇ, ਉਹ ਹੁਣ ਜਾਗਰੂਕ ਹੋ ਰਹੇ ਨੇ। ਠੀਕ ਹੈ। ਹਾਂ, ਹੁਣ ਮਾਸ਼ਾਅੱਲਾ ਇੱਥੇ 5 ਟਾਈਮ ਦੀ ਨਮਾਜ਼ ਹੁੰਦੀ ਹੈ, ਪਹਿਲੇ ਕਈ ਵਾਰ ਜੁਮੇ ਦੀ ਨਮਾਜ਼ ਵੀ ਹੁੰਦੀ ਸੀ। ਅੱਛਾ ਜੀ। ਹੁਣ 5 ਟਾਈਮ ਦੀ ਨਮਾਜ਼ ਹੋ ਰਹੀ ਹੈ, ਹੁਣ ਨਮਾਜ਼ ਹੋ ਰਹੀ ਹੈ। ਹਾਂ, ਅਸਲ ਕਰਨੀ ਹੈ ਜੀ, ਅਸਲ ਨਮਾਜ਼ ਪੜ੍ਹ ਲਈ ਆਪਾਂ, ਪੜ੍ਹ ਲਈ, ਔਰ ਮਗਰੀਬ ਦੀ ਨਮਾਜ਼ ਪੜ੍ਹਾਈ ਆਪਾਂ 7 ਵਜੇ, ਮਗਰੀਬ ਦੀ ਨਮਾਜ਼ 7:30 ਵਜੇ, 7:30 ਵਜੇ ਸ਼ਾਮ ਦੀ ਨਮਾਜ਼ ਹੋਣੀ। ਤੁਸੀਂ ਇੱਥੇ ਸਹੀ ਪਾਸ ਪਾਸ ਆਜ਼ਾਨ ਨੂੰ, ਹਾਂਜੀ, ਅਜ਼ਾਨ ਨੂੰ ਪਿਆਰ ਕਰਕੇ ਲੈ ਕੇ ਸਾਡੇ ਗੁਜਰਾਂ ਦੇ ਡੇਰੇ ਪਰ। ਵਾਹ ਜੀ ਵਾਹ। ਕੋਈ ਨਹੀਂ, ਕਦੀ ਆਵਾਂਗੇ, ਤੁਹਾਡੀ ਅਜ਼ਾਨ ਵੀ ਦੀ ਰਿਕਾਰਡਿੰਗ ਕਰਾਂਗੇ। ਮੈਂ ਹੁਣ ਦੂਰੋਂ ਆਇਆ, ਠੀਕ, ਅਤੇ ਵਾਪਸ ਜਾਣਾ ਹੈ, ਠੀਕ ਹੈ ਨਾ ਜੀ? ਅਤੇ ਜਿਹੜਾ ਜਦੋਂ ਮੁਲਕ ਦੇ ਵਿੱਚ ਮੁਸਲਮਾਨ ਪੂਰੀ ਦੁਨੀਆ ਦੇ ਵਿੱਚ ਦੇਖੇ, ਉਹਨਾਂ ਨੂੰ ਅਸੀਂ ਸਲਾਮ ਕਹਿੰਦੇ ਹਾਂ, ਉਹ ਸਾਡੇ ਲਈ ਦੁਆ ਕਰਨ। ਹਾਂਜੀ। ਔਰ
एक पूरी दुनिया में कि पूरी दुनिया के लोग आपस भाईचारक साझ मिलाकर भाईचारक है उसके नाल देश की तरक्की होती है, परिवार की तरक्की होती है। हाँ जी, जिस देश में लड़ाई झगड़ा होता है वो कभी देश तरक्की नहीं करता, तरक्की नहीं करता, झगड़े ही होते हैं। जी जी, मैं रिक्वेस्ट करना चाहवा कि साढ़े गुरुआं पीरां पैगंबरां ने साझ का मैसेज दिता, लड़न का नहीं दिता। एक दूजे का इबादत करने का इख्तलाफ हो सकता है, लेकिन है तो इंसान। जी जी, अच्छा पिंड वाला जेडे पिंड वाले ने इस नवीपुर के पूरा साथ देंगे दे तो बहुत साथ सरपंच साहब खुद आ के जोड़ा वो साथ देंगे दे सा। अच्छा, हाँ जो 98 आबाद की है मस्जिद उदो कि सी उ थोड़ी है तो बिल्कुल ठीक सी, खस्ता हाल सी, पशु बंदे हुए जी। अच्छा जी, बार पशु बने हुए सी और फिर उन्होंने कुदरती उन्होंने दिल में लग्या कि नहीं इतने पशु बनने सही नहीं है। सही नहीं है बोलते, और फिर सू सा ਮਸਜਿਦ ਬਣਾਉਣ ਵਾਲੇ ਗੁਜ਼ਰ ਗਏ ਨੇ ਉਹਨਾਂ ਨੂੰ ਜੰਨਤ ਫਿਰਦੌਸ ਵਿੱਚ ਜਗ੍ਹਾ ਨਸੀਬਤਾ ਫਰਮਾਏ, ਅੱਲਾਹ ਤਾਲਾ ਤੁਹਾਡਾ ਤਾਲਾ ਤੋਂ ਅਸੀਂ ਸਾਡੀ ਹੀ ਦੁਆ ਹੈ। ਠੀਕ ਹੈ ਜੀ, ਤੇ ਕੋਈ ਇੱਥੇ ਇਬਾਦਤ ਲਿਖੀ ਮਿਲੀ ਪੁਰਾਣੀ? ਹਾਂ ਪਹਿਲਾਂ ਲਿਖੀ ਹੋਈ ਸੀ ਲੇਕਿਨ ਉਹ ਮਿਟ ਗਈ ਆ। ਮਿਟ ਗਈ ਹੈ ਰੈਨੋਵੇਸ਼ਨ ਨਾਲ, ਦੁਬਾਰਾ ਪੇਂਟ ਕੀਤਾ, ਦੁਬਾਰਾ ਇਹਦੀ ਰੀਨਿਊ ਕੀਤੀ ਦਾ ਉਹ ਥੋੜਾ। ਹਾਂ ਜੀ, ਬਹੁਤ ਹੀ ਖੂਬਸੂਰਤ ਬਣਾਈ ਹੋਈ ਹੈ ਇੱਥੇ ਲਾਗੇ ਕਲਾਮੋਂ ਦੀ ਮਸਜਿਦ ਹੈ, ਕਦੇ ਉੱਥੇ ਵੀ ਜਾ ਰਹੇ। ਹਾਂ ਜੀ, ਇੱਥੇ ਲੱਗ ਗਿਆ ਅਕਬਰ ਬਾਦਸ਼ਾਹ ਜਿੱਥੇ ਤਾਜਪੋਸ਼ੀ ਹੋਈ ਸੀ ਕਲਾ ਨੌਰ ਦੇ ਵਿੱਚ। ਜਿਹਨੇ ਜਿਹਨੇ ਦੇਖਿਆ ਨਹੀਂ ਲਾਹੌਰ ਉਹ ਦੇਖ ਲਏ ਕਲਾ ਨੌਰ ਉੱਥੇ ਵੀ ਮਸਜਿਦ ਹੈ। ਕਲਾ ਨੌਰ ਦੀ ਮਸਜਿਦ ਅਕਬਰੀ ਮਸਜਿਦ, ਉਹਦੇ ਵਿੱਚ ਮੀਨਾਕਾਰੀ ਹਜੇ ਉਸੇ ਤਰ੍ਹਾਂ ਹੈ, ਉਸੇ ਤਰ੍ਹਾਂ ਫਾਰਸੀ ਦੇ ਲਫ਼ਜ਼ ਲਿਖੇ ਹੋਏ ਨੇ ਅਤੇ ਉਸੇ ਤਰ੍ਹਾਂ ਦੀ ਮੀਨਾਕਾਰੀ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਇਹ ਹੈ ਜੀ ਤਿੰਨ ਗੁੰਬਦ ਬਣੇ ਹੋਏ ਛੱਤ, ਬਹੁਤ ਹੀ ਸੋਹਣੇ ਲੱਗ ਰਹੇ ਹਨ। ਔਰ ਇਹ ਮੀਨਾਰ ਵੀ ਬਹੁਤ ਖੂਬਸੂਰਤ ਹੈ, ਖੁੱਲ੍ਹਾ ਡੁੱਲਾ ਵਿਹੜਾ ਇਸ ਮਸਜਿਦ ਦਾ, ਅਤੇ ਸਾਹਮਣੇ ਨਜ਼ਰ ਆ ਰਿਹਾ ਹੈ ਪਿੰਡ ਨਵੀਪੁਰ। ਪਿੰਡ ਨਵੀਪੁਰ ਦੀ ਜੇਕਰ ਗੱਲ ਕਰੀਏ ਤਾਂ ਇਹ ਗੁਰਦਾਸਪੁਰ ਸ਼ਹਿਰ ਤੋਂ ਕੋਈ 1 ਮੀਲ ਲਹਿੰਦੇ ਵੱਲ ਕਲਾ ਨੌਰ ਰੋਡ 'ਤੇ ਹੁੰਦਾ ਸੀ, ਅਤੇ ਅੱਜ ਕੱਲ੍ਹ ਇਹ ਗੁਰਦਾਸਪੁਰ ਸ਼ਹਿਰ ਵਿੱਚ ਹੀ ਸ਼ਾਮਿਲ ਹੋ ਗਿਆ ਹੈ, ਕਮੇਟੀ 'ਚ ਆ ਗਿਆ ਹੈ, ਉਹ ਸ਼ਹਿਰ ਦਾ ਅੱਜ ਕੱਲ੍ਹ ਹਿੱਸਾ ਹੈ। ਗਲੀਆਂ ਔਰ ਮੰਦਰ ਸਾਹਮਣੇ ਦਿਖਾਈ ਦੇ ਰਿਹਾ ਪਿੰਡ ਨਵੀਪੁਰ ਦਾ।
ਲੱਗੀ ਪਿੰਡ ਨਵੀਂਪੁਰ ਦਾ। ਇਹ ਪਾਸਾ ਸੀ ਜਿੱਥੇ ਪੁਰਾਣੀ ਆਬਾਦੀ ਹੁੰਦੀ ਸੀ ਮੁਸਲਮਾਨਾਂ ਦੀ। 1947 ਤੋਂ ਪਹਿਲਾਂ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਅਤੇ ਉਹਨਾਂ ਨੇ ਇੱਥੇ ਬਹੁਤ ਹੀ ਖੂਬਸੂਰਤ ਮਸਜਿਦ ਬਣਾਈ ਹੋਈ ਸੀ, ਬੜੀ ਮਜ਼ਬੂਤ, ਜਿਹੜੀ ਕਿ ਵੰਡ ਤੋਂ ਬਾਅਦ ਹੌਲੀ ਹੌਲੀ ਉਸਦੀ ਦੇਖ ਰੇਖ ਨਾ ਹੋਣ ਕਰਕੇ ਔਰ ਮੁਸਲਮਾਨ ਭਾਈਚਾਰਾ ਇਸ ਇਲਾਕੇ 'ਚ ਨਾ ਹੋਣ ਕਰਕੇ ਉਸਦੀ ਹਾਲਤ ਖਸਤਾ ਹੋ ਗਈ ਸੀ। है जी बैक साइड इस मस्जिद की, तो सरूट है जी इतों के सिख तो हिंदू भाईचारे को जिन्होंने ये पिंड की विरासत इस मुड़ बहाल करवाया है। आ देखो जी,